ਮਾਏ ਨੀ ਅਣਜੰਮੀ ਧੀ ਨੂੰ ਆਪਣੇ ਨਾਲੋਂ ਵਿਛੜੇ ਜੀ ਨੂੰ ਜਾਂਦੀ ਵਾਰੀ ਮਾਏ ਨੀ ਇੱਕ ਲੋਰੀ ਦੇ ਦੇ ਬਾਬਲ ਤੋਂ ਭਾਵੇਂ ਚੋਰੀ ਨੀ ਇੱਕ ਲੋਰੀ ਦੇ ਦੇ ਮੰਨਿਆ ਤੇਰੇ ਘਰ ਵਿੱਚ ਵੱਧ ਗਏ ਧੀਆਂ ਵਾਲੇ ਗੁੱਡੀ ਪਟੋਲੇ ਤੇਰੇ ਦਿਲ ਦਾ ਹੌਕਾ ਨੀ ਮੈਂ ਸੁਣਦੀ ਰਹੀ ਹਾਂ ਤੇਰੇ ਓਲੇ ਮੈਨੂੰ ਮਾਰ ਮਕਾਉਣ ਦੀ ਗੱਲ ਕਿਉਂ ਤੂੰ ਪਹਿਲਾਂ ਤੋਰੀ ਨੀ ਇੱਕ ਲੋਰੀ ਦੇ ਦੇ ਭਾਵੇਂ ਦੇ ਬਾਬਲ ਤੋਂ ਚੋਰੀ ਨੀ ਇੱਕ ਲੋਰੀ ਦੇ ਦੇ ਮਾਏ ਨੀ ਮੇਰੀ ਨਾਨੀ ਦੇ ਘਰ ਤੂੰ ਵੀ ਸੀ ਕਦੇ ਧੀ ਬਣ ਜੰਮੀ ਕੁੱਖ ਵਿੱਚ ਕਤਲ ਕਰਾਵਣ ਵਾਲੀ ਕਿਉਂ ਕੀਤੀ ਤੂੰ ਗੱਲ ਨਿਕੰਮੀ ਵੀਰਾ ਲੱਭਦੀ ਹੋ ਗਈ ਕਿਉਂ ਮਮਤਾ ਤੋਂ ਕੋਰੀ ਨੀ ਇੱਕ ਲੋਰੀ ਦੇ ਦੇ ਭਾਵੇਂ ਦੇ ਬਾਬਲ ਤੋਂ ਚੋਰੀ ਨੀ ਇੱਕ ਲੋਰੀ ਦੇ ਦੇ ਹਸਪਤਾਲ ਦੇ ਕਮਰੇ ਅੰਦਰ ਪਈਆਂ ਨੇ ਜੋ ਅਜਬ ਮਸ਼ੀਨਾਂ ਪੁੱਤਰਾਂ ਨੂੰ ਇਹ ਕੁਝ ਨਾ ਆਖਣ ਸਾਡੇ ਲਈ ਕਿਉਂ ਬਣਨ ਸੰਗੀਨਾ ਡਾਕਟਰਾਂ ਚੋਂ ਸਿੱਕਿਆਂ ਖਾਤਰ ਕੱਟੀ ਜੀਵਨ ਡੋਰੀ ਨੀ ਇੱਕ ਲੋਰੀ ਦੇ ਦੇ ਬਾਬਲ ਤੋਂ ਭਾਵੇਂ ਚੋਰੀ ਨੀ ਇੱਕ ਲੋਰੀ ਦੇ ਦੇ ਮਾਏ ਨੀ ਤੇਰੀ ਗੋਦੀ ਅੰਦਰ ਬੈਠਣ ਨੂੰ ਮੇਰਾ ਜੀ ਕਰਦਾ ਸੀ ਬਾਬਲ ਦੀ ਤਿਉੜੀ ਤੋਂ ਡਰ ਕੇ ਹਰ ਵਾਰੀ ਮੇਰਾ ਜੀ ਡਰਦਾ ਸੀ ਧੀਆਂ ਬਣ ਕੇ ਜੰਮਣਾ ਇੱਥੇ ਕਿਉਂ ਬਣ ਗਈ ਕਮਜ਼ੋਰੀ ਨੀ ਇੱਕ ਲੋਰੀ ਦੇ ਦੇ ਧੀ ਤਿੱਤਲੀ ਨੂੰ ਮਸਲਣ ਵੇਲੇ ਚੁੱਪ ਖੜੇ ਕਿਉਂ ਧਰਮਾਂ ਵਾਲੇ ਧੀ ਤਿੱਤਲੀ ਨੂੰ ਮਸਲਣ ਵੇਲੇ ਚੁੱਪ ਖੜੇ ਕਿਉਂ ਧਰਮਾਂ ਵਾਲੇ ਗੁੰਗੇ ਬੋਲੇ ਹੋ ਗਏ ਸਾਰੇ ਨੱਕ ਨਵੂਜਾਂ ਸ਼ਰਮਾਂ ਵਾਲੇ ਬਿਨ ਡੋਲੀ ਤੋਂ ਧਰਮੀ ਮਾਪਿਆਂ ਕਿੱਧਰ ਨੂੰ ਧੀ ਤੋਰੀ ਨੀ ਇੱਕ ਲੋਰੀ ਦੇ ਦੇ ਭਾਵੇਂ ਦੇ ਬਾਬਲ ਤੋਂ ਚੋਰੀ ਨੀ ਇੱਕ ਤੋਰੀ ਦੇ ਦੇ ਸੁੱਤਿਆਂ ਲਈ 100 ਯਤਨ ਵਸੀਲੇ ਜਾਗਦਿਆਂ ਨੂੰ ਕਿਵੇਂ ਜਗਾਵਾਂ ਰੱਖੜੀ ਦੀ ਤੰਦ ਖਤਰੇ ਵਿੱਚ ਹੈ ਚੁੱਪ ਨੇ ਕੁੱਲ ਧਰਤੀ ਦੀਆਂ ਮਾਵਾਂ ਅੰਬੜੀਏ ਮੈਨੂੰ ਗੁੜਤੀ ਦੀ ਥਾਂ ਦੇ ਨਾ ਜ਼ਹਿਰ ਕਟੋਰੀ ਨੀ ਇੱਕ ਲੋਰੀ ਦੇ ਦੇ ਮਾਏ ਨੀ ਅਣਜੰਮੀ ਧੀ ਨੂੰ ਆਪਣੇ ਨਾਲੋਂ ਵਿਛੜੇ ਜੀ ਨੂੰ ਜਾਂਦੀ ਵਾਰੀ ਮਾਏ ਨੀ ਇੱਕ ਲੋਰੀ ਦੇ ਦੇ ਬਾਬਲ ਤੋਂ ਭਾਵੇਂ ਚੋਰੀ ਨੀ ਇੱਕ ਲੋਰੀ ਦੇ ਦੇ ਇੱਕ ਲੋਰੀ ਦੇ ਦੇ ਇੱਕ ਲੋਰੀ ਦੇ ਦੇ ਮਾਂ ਬੋਲੀ ਪੰਜਾਬੀ ਦੇ ਸੇਵਕਾਂ 'ਚ ਸਿਰਫ ਦੇਸ਼ 'ਚ ਵਸਦੇ ਲੋਕ ਹੀ ਨਹੀਂ ਪ੍ਰਦੇਸ਼ਾਂ 'ਚ ਵਸਦੇ ਮੇਰੇ ਭੈਣ ਭਾਈ ਵੀ ਬਹੁਤ ਵੱਡਾ ਹਿੱਸਾ ਪਾ ਰਿਹਾ ਉਹਨਾਂ 'ਚੋਂ ਹਾਂਗਕਾਂਗ ਵਸਦੇ ਸਦਾ ਕਸ਼ਮੀਰ ਸਿੰਘ ਸੋਹਲ ਔਰ ਚੰਡੀਗੜ੍ਹ ਤੋਂ ਮੇਰਾ ਬੇਲੀ ਜਸਵਿੰਦਰ ਜੱਸੀ ਜਿਸ ਨੂੰ ਮੈਂ ਸਮਝ ਲਓ ਕਿ 3 ਦਹਾਕਿਆਂ ਤੋਂ ਬਹੁਤ ਨੇੜਿਓਂ ਵੇਖਿਆ ਕੰਮ ਕਰਦਿਆਂ ਨੂੰ ਇੱਕ ਜ਼ਹੀਨ ਵਿਅਕਤੀ ਜਿਹੜਾ ਫਿਲਮ ਮੇਕਿੰਗ ਦੇ ਵਿੱਚ ਬੜਾ ਵੱਡਾ ਆਪਣਾ ਮੁਕਾਮ ਹਾਸਲ ਕਰ ਚੁੱਕਿਆ ਇਹਨਾਂ ਦਾ ਸਾਂਝਾ ਉੱਦਮ ਹੈ ਸਾਡਾ ਸਤਰੰਗ ਵੈੱਬ TV ਚੈਨਲ ਇਹ TV ਚੈਨਲ ਇੱਕ ਸੁਪਨੇ ਦਾ ਨਾਂ ਆ ਉਹਨਾਂ ਲੋਕਾਂ ਦੇ ਸੁਪਨੇ ਦਾ ਨਾਂ ਆ ਜਿਨ੍ਹਾਂ ਕੋਲ ਸਾਧਨ ਵੱਡੇ ਚੈਨਲ ਸੈਟੇਲਾਈਟ ਚੈਨਲ ਚਲਾਉਣ ਵਾਲੇ ਭਾਵੇਂ ਨਹੀਂ ਹਨ ਪਰ ਜਿਨ੍ਹਾਂ ਦੀ ਉਡਾਨ ਬੜੀ ਉੱਚੀ ਹੈ TV ਚੈਨਲ ਸਤਰੰਗ ਨਾਲ ਮੇਰਾ ਯਾਰ ਸ਼ਮਸ਼ੀਰ ਸਿੰਘ ਸੰਧੂ ਵੀ ਸਹਿਯੋਗੀ ਹੈ ਬਾਲਮਕੰਦ ਸ਼ਰਮਾ ਵੀ ਸਹਿਯੋਗੀ ਹੈ ਜਸਵਿੰਦਰ ਭੱਲਾ ਵੀ ਸਹਿਯੋਗੀ ਹੈ ਕਿਹੜਾ ਸਹਿਯੋਗੀ ਨਹੀਂ ਜੱਸੀ ਜਿਹਨੂੰ ਬਤਾਉਣਾ ਇੱਕ ਵਾਰੀ ਕਹਿ ਦੇਵੇ ਨਾ ਹੀ ਕੋਈ ਨਹੀਂ ਕਰਦਾ ਸੋ ਕਸ਼ਮੀਰ ਸਿੰਘ ਸੋਹਲ ਦਾ ਜਸਵਿੰਦਰ ਜੱਸੀ ਦਾ ਸੱਚ ਜਾਣਿਓ ਮੈਂ ਰੋਮ ਰੋਮ ਕਰਜ਼ਦਾਰ ਹਾਂ ਜਿਨ੍ਹਾਂ ਨੇ ਮੇਰੇ ਘਰ ਆ ਕੇ ਅੱਜ ਮੈਨੂੰ ਆਪਣੇ ਚੈਨਲ ਬਾਰੇ ਜਾਣਕਾਰੀ ਦਿੱਤੀ ਔਰ ਨਾਲ ਦੀ ਨਾਲ ਮੇਰੀ ਇੱਕ ਨਜ਼ਮ ਨੂੰ ਮੇਰੇ ਉਹਨਾਂ ਮੁਹੱਬਤੀ ਪਿਆਰਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਰਿਕਾਰਡ ਕਰਕੇ ਜਿਨ੍ਹਾਂ ਨੂੰ ਮੈਂ ਜ਼ਿੰਦਗੀ ਸ਼ਾਇਦ ਕਦੇ ਵੀ ਨਹੀਂ ਮਿਲਿਆ ਅਤੇ ਨਾ ਸ਼ਾਇਦ ਕਦੇ ਮਿਲ ਸਕਾਂ ਪਰ ਮੇਰੀ ਆਵਾਜ਼ ਦੀ ਸਾਂਝ ਪਾਉਣ ਵਾਸਤੇ ਸਤਰੰਗ ਚੈਨਲ ਜਿਹੜਾ ਉਹ ਹਿੱਸਾ ਪਾਵੇਗਾ ਮੈਂ ਇਸ ਦੀ ਕਾਮਯਾਬੀ ਲਈ ਅਰਦਾਸ ਵੀ ਕਰਦਾ ਅਤੇ ਆਸ ਵੀ ਕਰਦਾ ਕਿ ਤੁਸੀਂ ਆਪਣੀ ਮੁਹੱਬਤ ਦਾ ਹੱਥ ਇਹਨਾਂ ਦੇ ਮੋਢਿਆਂ 'ਤੇ ਇਹਨਾਂ ਦੀ ਕੰਡ 'ਤੇ ਲਾਜ਼ਮੀ ਰੱਖੋਗੇ ਬਹੁਤ ਬਹੁਤ ਸ਼ੁਕਰੀਆ